ਸਾਡੇ ਬਹੁਤ ਹੀ ਸਤਿਕਾਰਯੋਗ ਵੀ ਰਵਿੰਦਰਪਾਲ ਸਿੰਘ ਰੂਬੀ ਜੀ ਵੱਲੋਂ ਅੱਜ ਜਿਹੜਾ ਕਰੀਮ ਨਵਾਜ਼ ਦੇ ਨਾਮ ਦਾ ਇੱਕ ਆਫਿਸ ਖੋਲ੍ਹਿਆ, ਮੈਂ ਭਰਾ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਸਾਰੇ ਵੀਰ ਇਕੱਠੇ ਹੋਏ ਆ, ਅਰਦਾਸ ਬੇਨਤੀ ਕਰਦੇ ਹਾਂ ਪ੍ਰਭੂ ਚਰਨਾਂ ਕਿ ਇੱਦਾਂ ਹੀ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰਨ ਅਤੇ ਇੱਦਾਂ ਹੀ ਜਿੱਦਾਂ ਸਮਾਜ ਦੀ ਸੇਵਾ ਕਰ ਰਹੇ ਆ। ਚਲੋ ਅੱਜ ਬਿਜ਼ਨਸ ਦਾ ਆਊਟਲੈਟ ਖੋਲ੍ਹਿਆ ਪ੍ਰੋਪਰਟੀ ਡੀਲਰ ਦਾ ਅਤੇ ਭਰਾ ਨੂੰ ਬਹੁਤ ਬਹੁਤ ਸ਼ੁਭਕਾਮਨਾ ਦੇਣ ਲਈ ਅੱਜ ਸਾਰੇ ਦੋਸਤ ਸਾਰੇ ਵੀਰ ਅਸੀਂ ਇਕੱਠੇ ਹੋਏ ਹਾਂ। ਮੇਰੇ ਨਾਲ ਬਾਬਾ ਮੀਨਾ ਸ਼ਾਹ ਜੀ, ਇਸ ਤੋਂ ਪਹਿਲਾਂ MLA ਮਦਨ ਲਾਲ ਬੱਗਾ ਜੀ ਵੀ ਹੋ ਕੇ ਗਏ ਆ ਅਤੇ ਸਾਡੀ ਸਾਰਿਆਂ ਦੀ ਬਹੁਤ ਆਸ ਹੈ ਪਰਮਾਤਮਾ ਅੱਗੇ ਕਿਰਪਾ, ਇੱਦਾਂ ਹੀ ਕਿਰਪਾ ਪਰਮਾਤਮਾ ਆਪਣੀ ਰੂਬੀ ਵੀਰ 'ਤੇ ਬਣਾ ਕੇ ਰੱਖਣ ਅਤੇ ਇੱਦਾਂ ਹੀ ਹੈ ਦਿਨ ਦੁੱਗਣੀ ਰਾਤ ਚੁੱਗਣੀ 'ਚ ਤਰੱਕੀ ਕਰੇ। ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਤੋਂ ਰੂਬੀ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਕਿਉਂਕਿ ਮੇਰਾ ਛੋਟਾ ਭਾਈ ਵੀ ਹੈ, ਮੇਰਾ ਅਜ਼ੀਜ਼ ਵੀ ਹੈ ਔਰ ਤਕਰੀਬਨ ਜਿਹੜਾ ਅੱਜ ਇਹਨਾਂ ਨੇ ਕਾਰਜ ਆਰੰਭ ਕੀਤਾ, ਕੰਮ ਦੀ ਸ਼ੁਰੂਆਤ ਕੀਤੀ ਹੈ। ਪ੍ਰਭੂ ਕਹਿ ਰਹੇ ਕਿ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰਨ ਔਰ ਖਾਸ ਤੌਰ 'ਤੇ ਇਸ ਪਰਿਵਾਰ ਨਾਲ ਮੇਰਾ ਬਹੁਤ ਹੀ ਪੁਰਾਣਾ ਰਿਸ਼ਤਾ ਹੈ ਇਹਨਾਂ ਦੇ ਫਾਦਰ ਸਾਹਿਬ ਤੋਂ ਔਰ ਅੱਜ ਬਹੁਤ ਖੁਸ਼ੀ ਹੈ ਜਿਹੜੇ ਇਹਨਾਂ ਨੇ ਆਪਣਾ ਕਾਰੋਬਾਰ ਨਵਾਂ ਬਣਾਇਆ। ਪ੍ਰਭੂ ਕਿਰਪਾ ਕਰਨਗੇ ਇਹ ਇਸ ਕੰਮ ਦੇ ਵਿੱਚ ਕਾਮਯਾਬ ਹੋਣ ਔਰ ਤਕਰੀਬਨ ਇੱਕ ਰਸਤਾ ਮਿਲ ਜਾਂਦਾ ਹਰ ਬੰਦੇ ਨੂੰ ਕਾਰੋਬਾਰ ਕਰਨ ਦਾ, ਕੰਮ ਕਰਨ ਦਾ ਔਰ ਇਹਨਾਂ ਨੇ ਇੱਕ ਸੇਧ ਦੇਣੀ ਹੈ ਜਿਸ ਦੇ ਨਾਲ ਅੱਜ ਜਿੰਨੇ ਵੀ ਇਹਨਾਂ ਦਾ ਸਰਕਲ ਹੈ ਉਹ ਰਲ ਮਿਲ ਕੇ ਲੋਕਾਂ ਦੀ ਸੇਵਾ ਜਿੱਥੇ ਕਰਦੇ ਨੇ, ਕਿਉਂਕਿ ਪੋਲੀਟੀਕਲੀ ਮੇਰੇ ਨਾਲ ਜੁੜੇ ਹੋਏ ਨੇ ਸਾਰੇ ਪਰਿਵਾਰ ਔਰ ਆਉਣ ਵਾਲੇ ਟਾਈਮ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਇਹਨਾਂ ਦਾ। ਅਤੇ ਆਸ ਹੈ ਕਿ ਆਪਾਂ ਰਲ ਮਿਲ ਕੇ ਇਸ ਤਰ੍ਹਾਂ ਹੀ ਜਿਹੜੀ ਲੁਧਿਆਣੇ ਦੀ ਸੀਟ ਜਿਤਨੀ ਵੀ ਹੈ ਔਰ ਜਿਹੜਾ ਇਹਨਾਂ ਦਾ ਕਾਰੋਬਾਰ ਸ਼ੁਭ ਰਵਾਇਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਚੌਧਰੀ ਮਦਨ ਲਾਲ ਜੀ ਬੱਗਾ ਜ਼ਿੰਦਾਬਾਦ। ਲੋਕੀ ਨਾਰਾਜ਼ ਵੀ ਆ, ਕੁਛ ਕਹਿੰਦੇ ਵੀ ਸਾਡੀਆਂ ਜਿਹੜੀਆਂ ਮੰਗਾਂ 1000 ਰੁਪਏ ਦੀ ਸਕੀਮ ਦੀ ਗੱਲ ਕਰੀਏ, 1000 ਵਾਰੀ ਲਾਰੇ ਵਿੱਚ ਹੀ ਆ। ਦੇਖੋ ਮੇਰੀ ਗੱਲ ਸੁਣ, ਨਾ ਤਾਂ ਅਸੀਂ ਕਦੀ ਲਾਰਾ ਲਾਇਆ, ਅਸੀਂ 4 ਗਰੰਟੀਆਂ ਦਿੱਤੀਆਂ ਸੀਗੀਆਂ ਔਰ 4 ਗਰੰਟੀਆਂ ਸਾਡੀਆਂ ਔਨਲਾਈਨ ਨੇ। ਸਭ ਤੋਂ ਪਹਿਲਾਂ ਬਿਜਲੀ 90% ਬਿੱਲ 0 ਆ ਰਹੇ ਆ। ਜੇ ਹੈਲਥ ਸੇਵਾਵਾਂ ਦੀ ਗੱਲ ਕਰ ਰਹੀਏ, ਮੇਰੇ ਹਲਕੇ 'ਚ 8 ਮਹੱਲਾ ਕਲੀਨਿਕ ਖੁੱਲ੍ਹ ਗਏ ਔਰ ਤਕਰੀਬਨ ਹਰ ਮਹੱਲਾ ਕਲੀਨਿਕ 'ਤੇ 200 ਤੋਂ ਲੈ ਕੇ 300 ਪਰਿਵਾਰ ਤੱਕ ਰੋਜ਼ OPD ਹੁੰਦੀ ਆ, ਦਵਾਈਆਂ ਲੈਂਦੇ ਆ, ਟੈਸਟ ਕਰਵਾਉਂਦੇ ਆ ਔਰ ਤਕਰੀਬਨ ਜੇ ਐਜੂਕੇਸ਼ਨ ਦੀ ਗੱਲ ਲਈ ਮੇਰੇ ਹਲਕੇ 'ਚ ਇੱਕ ਬਹੁਤ ਵਧੀਆ ਸਕੂਲ ਬਣਿਆ ਜਿੱਥੇ ਅੱਜ ਰੋਜ਼ ਮੈਨੂੰ ਸਿਫਾਰਿਸ਼ਾਂ ਆਉਂਦੀਆਂ ਨੇ ਐਡਮਿਸ਼ਨ ਵਾਸਤੇ। ਕਦੀ ਵੀ ਐਸਾ ਸਾਥ ਨਹੀਂ ਹੋਇਆ ਕਿ ਸਰਕਾਰੀ ਸਕੂਲ 'ਚੋਂ ਉਹਨਾਂ ਦੇ ਜਾਣ ਪ੍ਰਾਈਵੇਟ ਸਕੂਲ ਤੋਂ ਨਿਕਲ ਕੇ, ਇਹ ਬਹੁਤ ਹੀ ਵਧੀਆ ਸਲਾਹਕਾਰ ਕਦਮ ਹੈ। 3 ਗਰੰਟੀਆਂ ਸਾਡੀਆਂ ਬਿਲਕੁਲ ਕੰਪਲੀਟ ਨੇ। ਜਿਹੜੀ ਤੁਸੀਂ 1000 ਰੁਪਏ ਦੀ ਗੱਲ ਕਰਦੇ ਹੋ, 1000 ਰੁਪਏ ਇਲੈਕਸ਼ਨ ਲੰਘਣ ਤੋਂ 1000 ਰੁਪਏ ਵੀ ਪਾ ਦੇਣਾ, ਕਿਉਂਕਿ ਰਵਾਇਤੀ ਪਾਰਟੀਆਂ ਆਖਰੀ ਸਾਲ 'ਚ ਕੰਮ ਕਰਦੀਆਂ ਸੀ। ਸਾਡੀ ਸਰਕਾਰ ਨੇ ਪਹਿਲੇ ਸਾਲ ਤੋਂ ਹੀ ਸਟਾਰਟ ਕਰ ਦਿੱਤਾ, ਉਹ ਅੱਜ 90% ਥੋੜ੍ਹਾ ਨਹੀਂ ਹੁੰਦਾ, 90% ਲੋਕਾਂ ਦੇ ਬਿੱਲ 0 ਆ ਰਹੇ ਬਿਜਲੀ ਦੇ। ਹਰ ਪਰਿਵਾਰ ਨੂੰ 3-3, 4-4 ਹਜ਼ਾਰ ਰੁਪਏ ਦਾ ਬੈਨੀਫਿਟ ਮਿਲ ਰਿਹਾ। ਉਹ ਸਰਕਾਰ ਆ, ਜਦੋਂ ਤੁਹਾਨੂੰ ਪਤਾ ਹੀ ਜਦੋਂ ਸਰਕਾਰ ਬਣੀ ਸੀ ਉਦੋਂ ਕੀ ਹਾਲਾਤ ਸੀ ਖਜ਼ਾਨੇ ਦੇ। ਉਹਨਾਂ ਦੇ ਖੁਦ CM ਕਹਿੰਦੇ ਸਾਡੇ ਕੋਲ ਕੁਛ ਨਹੀਂ ਹੈ, ਪਰ ਸਾਡੇ CM ਸਾਹਿਬ ਹਰ ਵੇਲੇ ਕਹਿੰਦੇ ਕਿ ਸਾਨੂੰ ਖਜ਼ਾਨੇ ਦੀ ਕਮੀ ਨਹੀਂ ਹੈ, ਸਾਡੇ ਖਜ਼ਾਨਾ ਬਹੁਤ ਹੈ, ਕਿਉਂਕਿ ਹੌਲੀ ਹੌਲੀ ਗਰੰਟੀਆਂ ਸਾਰੀਆਂ ਪੂਰੀਆਂ ਹੋਣਗੀਆਂ, ਕੋਈ ਗਿਲਾ ਨਹੀਂ ਕਰ ਰਿਹਾ, ਕੋਈ ਸਾਰੇ ਲੋਕ ਆਪ ਕੁਛ ਨੇ। ਵਿਕਾਸ ਦੀ ਗੱਲ ਕਰੀਏ, ਵਿਕਾਸ ਦੇ ਕੰਮ ਕਿੱਦਾਂ ਦੇ ਹੋ ਚੁੱਕੇ ਅੱਗੇ ਵੀ? ਵਿਕਾਸ 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 ਸਾਡਾ ਨੌਰਥ ਹਲਕਾ ਵਿਕਾਸ 'ਤੇ ਚਲੇ ਜਾਂਦਾ ਸਿਰਫ 2-1.5 ਸਾਲ ਤੋਂ। ਕਿਸੇ ਵੀ ਵਿਕਾਸ ਕੋਈ ਮੇਰਾ ਕੰਮ ਪੈਂਡਿੰਗ ਰਿਹਾ ਹੀ ਨਹੀਂ, ਸਾਰੇ ਕੰਮ ਕੰਪਲੀਟ ਹੋ ਚੁੱਕੇ ਨੇ। ਇੱਦਾਂ ਹੀ ਬਾਕੀ ਕਾਉਂਸੀਆਂ ਚੌਂਸੀਆਂ ਦੇ ਨੇ, ਸਾਰਿਆਂ ਦੇ ਪੂਰੇ ਹੋਣ। ਪਿੰਡਾਂ ਨੂੰ ਲੱਗਦਾ ਵੀ ਪਿੰਡਾਂ ਦੀ ਵੋਟ ਤੁਹਾਨੂੰ ਪਊਗੀ? ਹਾਂ ਬਿਲਕੁਲ, ਪਿੰਡਾਂ 'ਚ ਬਹੁਤ ਵਧੀਆ ਪਿਆਰ ਮਿਲ ਰਿਹਾ, ਕਿਉਂਕਿ ਦੂਸਰੀਆਂ ਪਾਰਟੀਆਂ ਕੋਲ ਹਾਲੇ ਤਾਂ ਕਾਂਗਰਸ ਦਾ ਕੈਂਡੀਡੇਟ ਨਹੀਂ ਆਇਆ, BJP ਦਾ ਕੈਂਡੀਡੇਟ, ਉਹ BJP ਨੂੰ ਪਿੰਡਾਂ 'ਚ ਵੜ ਨਹੀਂ ਦੇ ਰਹੇ। ਲੈ ਰਹੇ ਕਿ ਆਮ ਆਦਮੀ ਪਾਰਟੀ ਜਿਹੜੀ ਕਿਸਾਨਾਂ ਨਾਲ ਵੀ ਖੜੀ ਹੈ, ਇੰਡਸਟਰੀਜ਼ ਨਾਲ ਵੀ ਖੜੀ ਹੈ, ਵਪਾਰੀਆਂ ਨਾਲ ਵੀ ਖੜੀ ਹੈ, ਟ੍ਰੇਡਰ ਨਾਲ ਵੀ ਖੜੀ ਹੈ, ਤਕਰੀਬਨ ਸਾਡੀ ਆਮ ਆਦਮੀ ਪਾਰਟੀ ਵਿਨ ਕਰੇਗੀ ਔਰ ਬਿਲਕੁਲ ਜਿੱਤੇਗੀ, ਬਿਲਕੁਲ ਜਿੱਤੇਗੀ। ਲੋੜ ਤਾਂ ਉਹਨੂੰ ਹੁੰਦੀ, ਜਿਹੜਾ ਲੋੜਵੰਦ ਹੁੰਦਾ ਸਾਡਾ ਕੀਤਾ ਹੀ ਇਹੀ ਹੈ। ਸਾਡਾ ਨਾਲ ਪੁਰਾਣਾ ਸਾਡੇ ਬਜ਼ੁਰਗਾਂ ਦਾ ਢਾਬਾ ਵੀ ਹੈ, ਅਸੀਂ 20 ਸਾਲਾਂ ਤੋਂ ਕੰਮ ਕਰ ਰਹੇ ਹਾਂ। ਸਾਡੇ ਇੱਕ ਦਫ਼ਤਰ ਜੱਸੀਆਂ ਰੋਡ 'ਤੇ ਆ, ਪਰ ਇਸ ਮਾਰਕੀਟ 'ਚ ਅਸੀਂ ਦਫ਼ਤਰ ਖੋਲ੍ਹਣ ਦੇ ਇੱਛੁਕ ਸੀ ਆਪਣੇ ਢਾਬੇ ਦੇ ਨਾਲ, ਅਤੇ ਇਸ ਕਰਕੇ ਬਾਬਾ ਜੀ ਦਾ ਆਸ਼ੀਰਵਾਦ ਹੋਇਆ ਅਤੇ ਮੇਰੇ ਵੀਰਾਂ ਨੇ ਇੱਕ
ਐਡਵਾਈਸ ਕਰਕੇ ਕਿਹਾ ਵੀ ਇੱਥੇ ਦਫ਼ਤਰ ਖੋਲ੍ਹਿਆ ਜਾਵੇ ਤਾਂ ਸੋ ਮੇਰੇ ਵੀਰਾਂ ਦੇ ਮੇਰੇ ਸੱਚੇ ਪਾਤਸ਼ਾਹ ਮਾਰਗਾਂ ਬਹੁਤ ਮਾਲਕਾਂ ਨੇ ਮਿਹਰ ਕੀਤੀ ਅਤੇ ਆਪਾਂ ਦਫ਼ਤਰ ਦਾ ਇੱਥੇ ਓਪਨਿੰਗ ਕੀਤੀ ਹੈ ਅਤੇ ਮੇਰੇ ਵੀਰ ਸਾਰੇ ਆਪਣੇ ਭਰਾ ਨੂੰ ਆਸ਼ੀਰਵਾਦ ਦੇਣ ਲਈ ਆਏ ਨੇ। ਕਿੱਦਾਂ ਦੇ ਕੰਮ ਕੀਤੇ ਜਾਊਗੇ, ਕਿੱਦਾਂ ਦੇ ਲੋਕਾਂ ਦੇ ਭਲਾਈ ਦੇ ਕੰਮ ਕੀਤੇ ਜਾਊਗੇ? ਭਲਾਈ ਦੇ ਕੰਮ ਪਹਿਲੇ ਵੀ ਮੈਂ ਗੱਲ ਕੀਤੀ ਹੈ ਵੀ ਇੱਥੇ ਆਪਾਂ ਜਿਹੜੇ ਲੋੜਵੰਦ ਨੇ, ਜੋ ਕਿਸੇ ਕੋਈ ਕਿਰਾਏਦਾਰ ਆਉਂਦਾ, ਕੋਈ ਪ੍ਰਵਾਸੀ ਬੰਦਾ ਆਉਂਦਾ ਵੀ ਸਾਨੂੰ ਮਕਾਨ ਚਾਹੀਦਾ, ਕਿ ਪਿਛਲੇ ਸਾਰਾ ਏਰੀਆ ਛਾਉਣੀ ਮੱਲਾ, ਇੱਧਰ ਸਾਰੇ ਪ੍ਰਵਾਸੀ ਰਹਿੰਦੇ ਨੇ, ਮੁਸਲਮਾਨ ਸਮੁਦਾਇ ਦੇ ਲੋਕ ਰਹਿੰਦੇ ਨੇ, ਅਸੀਂ ਜਿਹੜਾ ਅਫੋਰਡ ਕਰ ਸਕਿਆ ਉਹਨਾਂ ਕੋਲੋਂ ਆਪਾਂ ਤਦ ਉਹਨਾਂ ਦੀ ਮਰਜ਼ੀ ਨਾਲ ਅਸੀਂ ਕਮਿਸ਼ਨ ਲਵਾਂਗੇ। ਜੋ ਕਹੋਗੇ ਮੈਂ ਤੁਹਾਨੂੰ ਕਮਿਸ਼ਨ ਦੇਣ ਦੇ ਜਾਂ ਕੁਛ ਹੱਕ 'ਚ ਨਹੀਂ ਹੈਗਾ ਜਾਂ ਮੇਰੇ ਕੋਲ ਪੈਸੇ ਦੀ ਕਮੀ ਆ, ਅਸੀਂ ਉਲਟਾ ਉਹਦੀ ਮਦਦ ਵੀ ਕਰਾਂਗੇ।